بسم اللہ الرحمن الرحیم. السلام علیکم میرے تسی اپنا سرکیاں چینل دے میں تہاڈا میزبان نشان ਰਵਾਵਤ ਤੇ ਰੋਜ਼ਾਨਾ ਦੀ ਨਵੀਂ ਤੇ ਨਵੀਂ ਤੇ ਅੱਛੀ ਤੇ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਈ ਦਾ ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ. ਵੀਡੀਓ ਨੂੰ ਲਾਈਕ ਵੀ ਕਰ ਦਿਓ, ਵੀਡੀਓ ਸ਼ੇਅਰ ਵੀ ਕਰ ਦਿਓ. ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਵਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ. ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਭਾਈ ਅਸਨ ਜੱਟ ਦੀ ਵੀਡੀਓ ਅੱਗੇ ਵੀ ਵੀਡੀਓ ਜਿਹੜਾ ਨਾ ਸਿਲਸਿਲਾਵਾਰ ਤੁਸੀਂ ਵੇਖਦੇ ਹੋ ਕਿ ਇਹਨਾਂ ਦੀ ਵੀਡੀਓ ਜਿਹੜੀ ਹੈ ਨਾ ਅਪਲੋਡ ਹੁੰਦੀ ਹੈ. ਬਾਕੀ ਵੀਡੀਓ ਦਾ ਐਡਰੈਸ ਅੰਜੇ ਕਿ ਜ਼ਿਲ੍ਹਾ ਤਹਿਸੀਲ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਕੋਟਲਾ ਸੂਈਆਂ ਦਾ ਲੋਕੇਸ਼ਨ ਅੱਗੇ ਵੀ ਵੀਡੀਓ 'ਚ ਦੱਸੀ ਦੀ ਹੈ. ਕਿਸੇ ਵੀ ਭਰਾਵਣਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਖੋਖੇ ਸਟਾਪ ਤੇ ਔਰ ਖੋਖੇ ਸਟਾਪ ਤੋਂ ਅੱਗੇ ਤਕਰੀਬਨ ਜਿਹੜਾ ਨਾ 5 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ. ਇਹੀ ਇਹਨਾਂ ਦੇ ਲੋਕੇਸ਼ਨ ਹੈ ਤੇ ਬਾਕੀ ਜਿਹੜੀ ਗੱਲਬਾਤ ਇਹਨਾਂ ਡੰਗਰਾਂ ਦੀ ਔਰ ਸਾਰੀ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਹੈ ਨਾ ਇਹ ਭਾਈ ਅਸਨ ਤੋਂ ਪੁੱਛ ਲੈਣੇ, ਬਾਕੀ ਝੋਟੀਆਂ ਵੇਖ ਲੈਣੀਆਂ ਨੇ. ਅਗਲੀ ਗੱਲਬਾਤ ਜਿਹੜੀ ਹੈ ਉਹ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲੱਗ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਪੈਨ ਕਰ ਲੈਣਾ. 12 ਹਫ਼ਤਾ ਤਾਰੀਖ ਵੀ ਬਣਦੀ ਹੈ 22/6/2024. ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿਲਾ ਤਕੀ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ. ਅਸਲਾਮੁਅਲੈਕੁਮ ਜੀ. ਜੀ ਵਾਲੇਕੁਮ ਸਲਾਮ. ਹਾਂ ਜੀ ਭਈ ਅਸਨ, ਕੀ ਹਾਲ ਹੈ ਜੀ? ਠੀਕ ਠਾਕ ਭਾਜੀ, ਬਿਲਕੁਲ ਸ਼ੁਕਰ ਅੱਲਾ. ਸਿਹਤ ਵੀ ਹੈ ਠੀਕ? ਜੀ ਮੋਜੀ ਮੋਜਾ ਜੀ. ਕੈਸੀ ਗੁਜ਼ਰੀ ਹੈ? ਬੜੀ ਵਧੀਆ ਭਾਜੀ. ਕੈਸਾ ਰਿਹਾ ਸੀਜ਼ਨ ਜਿਹੜਾ? ਮੈਂ ਬਿਨਾਂ ਸਾਰੇ ਸੀਜ਼ਨ ਨੂੰ ਐਸੀ ਜ਼ਬਰਦਸਤ ਰਿਹਾ. ਠੀਕ ਹੋ ਗਿਆ? ਕਿੰਨੇ ਬੱਚੇ ਵੇਚੇ? ਬੱਚੇ ਭਾਜੀ 30 ਵੇਚੇ ਜੀ ਐਸ ਸੀਜ਼ਨ ਦੇ ਵਿੱਚ. ਇੱਥੇ ਵਿਆਸੇ ਵੇਚੇ ਜੀ, ਕੋਈ ਮੰਡੀ ਨਹੀਂ ਖੜੇ ਕੋਈ ਕਿਸੇ ਦਾ. ਕਿੰਨੇ ਦੇ ਜਿਹੜਾ? ਕਿੰਨੇ ਦੇ ਬਣ ਗਏ ਜੀ? ਠੀਕ ਹੋ ਗਿਆ? ਜਿੱਤੇ ਵੀ ਸਾਰੇ ਘਰੇਲੂ ਨੇ ਜਿਨ੍ਹਾਂ ਜਾ ਕੁਰਬਾਨੀ ਦਿੱਤੀ, ਇਹ ਨਹੀਂ ਵਪਾਰੀਆਂ ਨੇ ਦਿੱਤੀ. ਠੀਕ ਹੋ ਗਿਆ ਜੀ? ਘਰ ਵਾਲੇ ਜਿਹੜੇ ਜੀ? ਇੱਕ ਦਿਨ ਇੱਕ ਸੇ ਦੋ. ਠੀਕ ਹੋ ਗਿਆ ਜੀ? ਲੋ ਜੀ 30 ਬੱਚੇ 2024 ਦੇ ਜਿਹੜਾ ਨਾ ਇਹ ਸੀਜ਼ਨ ਦੇ ਵਿੱਚ ਨੇ. ਲੋ ਜੀ ਭਾਈ ਆਸਨ, ਅੱਜ ਕਿੰਨੇ ਨੇ ਡੰਗੇ ਜਿਹੜੇ ਲਾਣੇ ਨੇ? ਅੱਜ 4 ਮੱਝਾਂ ਜੀ. ਠੀਕ ਹੈ. ਇੱਕ ਵੱਛੀ ਜੀ. ਇਹ ਜਿਹੜੀਆਂ ਝੋਟੀਆਂ ਨੇ ਪਹਿਲਣਾ ਨੇ? ਦੋ ਪਹਿਲਣਾ. ਚਾਰੇ ਝੋਟੀਆਂ ਪਹਿਲਣਾ? ਚਾਰੇ ਪਹਿਲਣਾ ਜੀ. ਦੋ ਮਗਰ ਕੱਟੀਆਂ ਨੇ. ਠੀਕ ਹੈ. ਇੱਕ ਦੇ ਮਗਰ ਕੱਟਾ ਤੇ ਇੱਕ ਦਾ ਮਰ ਗਿਆ ਹੋਊ ਜੀ? ਠੀਕ ਹੋ ਗਿਆ? ਬਹਾ ਦੇ ਨੇ ਨਾਲ ਸਟੂਡੈਂਟ ਹੈ ਨਾ? ਸਟੂਡੈਂਟ ਹੋਊਗੀ. ਲੋ ਜੀ ਚਾਰੇ ਸੱਜਸ ਹੋਈਆਂ ਜੀ? ਸੱਜਸ. ਭਾਈ ਆਸਨ ਇੱਕ ਵਾਰੀ ਸਲਾਮ ਦਾ ਕਰੋ ਜੀ ਆਪਣੇ ਚਾਹਣ ਵਾਲਿਆਂ. ਸਾਡੇ ਤਰਫੋਂ ਸਭ ਭਰਾਵਾਂ ਨੂੰ ਅਸਲਾਮ ਅਲੈਕੁਮ ਜਨਾਬ. ਜਿੰਨੇ ਭਰਾ ਵੇਖਣ ਆਏ ਨੇ, ਤੁਹਾਨੂੰ ਵੀ ਹੋਰ ਸਾਰਿਆਂ ਨੂੰ ਵੈਰੀ ਗੁੱਡ ਜੀ. ਲੋ ਜੀ ਜਿੱਥੇ ਜਿੱਥੇ ਵੀ ਭਰਾ ਬਹਿ ਕੇ ਵੀਡੀਓ ਵੇਖਦੇ ਹੋ ਨਾ, ਉਹ ਸਾਰਿਆਂ ਦੀ ਚਾਹਤ ਮੁਹੱਬਤ ਲੱਗਣ ਉਹਦਾ ਜਨਾਬ ਅਸੀਂ ਸ਼ੁਕਰੀਆ ਅਦਾ ਕਰਨੇ ਤੇ ਅੱਲਾ ਪਾਕ ਰੱਖੇ ਹਰ. ਵੀਡੀਓ ਲੱਗੀ ਹੈ ਜਨਾਬ ਸ਼ੁਰੂ ਹੋਣ ਦੇ. ਝੋਟੀਆਂ ਨੇ ਜਨਾਬ 4 ਔਰ ਚਾਰੇ ਝੋਟੀਆਂ ਜਿਹੜੀਆਂ ਨਾ ਇਹ ਪਹਿਲਣਾ ਨੇ. ਝੋਟੀ ਨੰਬਰ 1 ਆ ਗਈ ਜਨਾਬ ਭਰਾਵਾਂ ਦੇ ਸਾਹਮਣੇ ਜਿਹੜਾ ਨਾ ਝੋਟੀਆਂ ਲੱਗਣੀਆਂ ਨੇ ਵੀਡੀਓ 'ਚ 4 ਔਰ ਚਾਰੇ ਪਹਿਲਣਾ ਜਿਹੜਾ ਨਾ ਤੁਰੋ ਸੈਂਜ ਜੀ ਬਹੁ ਜੀ. ਇੱਕ ਵਾਰੀ ਜਿਹੜਾ ਨਾ ਬਲਾਲ ਨੂੰ ਤਕਾਣ ਦਿਓ ਮੁਕੰਮਲ ਝੋਟੀ ਜਿਹੜੀ ਹੈ ਨਾ ਹਾਈਟ ਵੇਲ ਲਿਬਾਸ ਖਣ ਜਿਹੜਾ ਨਾ ਝੋਟੀ ਜਨਾਬ ਲੱਗਦੀ ਹੈ ਬੱਚਾ ਮਗਰ ਕੱਟੀ ਸੋਨੇ. ਲੋ ਜੀ ਮਗਰ ਇਹਦੇ ਕੱਟੀਏ ਵਾਪਸ ਮੁੜੋ ਜੀ ਪਿਛਾ ਜਿਹੜਾ ਨਾ ਇੱਕ ਵਾਰੀ ਝੋਟੀ ਨੂੰ ਜਿਹੜਾ ਨਾ ਭਈਆ ਸਨ ਕਿੰਨੇ ਕੁ ਡੰਗਾਂ ਦੀ ਝੋਟੀ ਸੋਈ ਹੈ? ਤੈਨੂੰ ਅੱਜ ਦਿਹਾੜੀ ਵੀਕ ਹੋ ਗਈ ਸੋਇਆ? ਠੀਕ ਹੋ ਗਿਆ ਜੀ? ਬੱਚਾ ਨਾਲ ਕੱਟੀ ਵਿਖਾਨੇ ਆ ਮੌਜੂਦ ਹੈ? ਮੇਰਾ ਚਿਹਰਾ ਸੱਟ ਗਈ ਹੈ? ਸੱਟ ਗਈ ਹੈ ਬਾਜੀ. ਵੈਰੀ ਗੁੱਡ ਜਨਾਬ. ਸੁਬੇ 3 ਵੇ ਮੁਕੰਮਲ ਨੇ ਦੁੱਧ ਤੇ ਜਿਹੜਾ ਨਾ ਇਹ ਝੋਟੀ ਜਨਾਬ ਲੱਗ ਗਈ ਹੈ ਦੋਨ ਦੇ ਮੁਕੰਮਲ ਕਰਕੇ. ਚੌਂਕੀ ਜਿਹੜਾ ਝੋਟੀਆਂ ਤੁਸੀਂ ਲਾਮ ਦੇਖੋ ਨਾ ਕਿੰਨਾ ਜੀ. ਬਿਲਕੁਲ ਜੀ. ਲਿਬਾਸ ਜਿਹੜਾ ਹੈ ਨਾ ਲਿਬਾਸ ਵੀ ਤੇ ਖੇੜਾ ਵੀ ਜਿਹੜਾ ਹੈ ਨਾ ਇਹ ਵੀ ਜਨਾਬ ਝੋਟੀ ਦਾ ਚੈੱਕ ਕਰਨ ਵਾਲਾ ਮਾਸ਼ਾਅੱਲਾ ਜੀ. ਅਗਲੇ ਪਿਛਲੇ ਥਾਂ ਦੇ ਵਿੱਚ ਜਿਹੜਾ ਹੈ ਨਾ ਗੈਪ ਉਹ ਜਨਾਬ ਭਰਾਵਾਂ ਨੇ ਚੈੱਕ ਕਰਨਾ ਪਈ ਆ ਸਨ
ਛਲੀਆਂ ਲਾ ਕੇ ਲਿਆਉਂਦੇ ਨੇ ਮਕਈ ਉਦੋਂ ਠੀਕ ਹੈ ਤੇ ਉਹਨਾਂ ਜਿਹੜਾ ਲਾਪ ਹੈ ਸੀ ਨਾ ਉਹ ਵੀ ਸਿਖਾਇਆ ਜੀ ਠੀਕ ਹੋ ਕਿਉਂਕਿ ਮਕਈ ਜਿਹੜੀ ਹੈ ਖੁਸ਼ਕ ਹੁੰਦੀ ਹੈ ਨਾ ਲੋ ਜੀ 10 ਕਿਲੋ ਦੁੱਧ ਜਿਹੜਾ ਨਾ ਹਾਜ਼ਰ ਮੁੱਕਿਆ ਸਾਰੀ ਝੋਟੀ ਕੋਲੇ ਵੰਗਾਂ ਲਾਉਂਦੇ ਹੋ ਸਰ ਕਿੰਨੇ ਦੀ ਜਨਾਬ ਨੇ ਝੋਟੀ ਦੇ ਛੱਡਣੀ ਕੋਈ ਨੀ ਲੰਮਾ ਮੁੱਲ ਝੋਟੀ ਦਾ ਲਾਣਾ ਦੇਰ ਛੱਡਣੀ ਠੀਕ ਹੈ ਝੋਟੀ ਦੇਣੀ 2,00,000 ਫਾਈਨਲ 40,000 3,40,000 ਰੁਪਏ ਦੀ ਝੋਟੀ ਜਨਾਬ ਨੰਬਰ ਜਿਹੜੀ ਇੱਕ ਹੈ ਨਾ ਇਹ ਦੇਸਣੀ ਹੈ ਤੇ ਆਏ ਬੰਦੇ ਦੀ ਕਦਰ ਔਰ ਪਿਆਰ ਮੁਹੱਬਤ ਜਿਹੜਾ ਨਾ ਜ਼ਰੂਰ ਹੋਵੇਗਾ ਲੋ ਜੀ ਅੱਗੇ ਆ ਕੇ ਜੀ ਝੋਟੀ ਨੰਬਰ 2 ਔਰ ਪਹਿਲਣ ਝੋਟੀ ਪਾ ਵੇਟ ਦੇਖੋ ਝੋਟੀ ਦਾ ਆਈ ਦੀ ਚੰਗੀ ਹੈ ਸੋਹਣੀ ਝੋਟੀ ਚਵਾ ਵੀ ਜੇ ਸੋਹਣਾ ਮਾਸ਼ਾਅੱਲਾ ਪੁੱਠਾ ਚੰਗਾ ਹੈ ਅੱਡੀ ਚੰਗੀ ਸੋਹਣੀ ਝੋਟੀ ਤੁਸੀਂ ਚੈੱਕ ਕਰੋ ਅੱਖ ਝੋਟੀ ਦੀ ਇੱਕੋ ਸ਼ਾਹ ਵਾਲੀ ਦੋਵੇਂ ਇੱਕੋ ਜਿਹੀਆਂ ਅੱਖਾਂ ਵੀ ਚੈੱਕ ਕਰਨੀਆਂ ਨੇ ਫਿਰ ਸਾਰੀ ਇੱਕ ਰੰਗ ਜੇ ਪੂਛਾਂ ਦੇ ਵਾਲ ਚਿੱਟੇ ਨੇ ਜੀ ਪੂਛਾਂ ਸਿਰਫ ਵਾਲ ਚਿੱਟੇ ਬਿਲਕੁਲ ਜੀ ਬਾਕੀ ਸਾਰੀ ਜਿਹੜੀ ਹੈ ਨਾ ਇੱਕ ਰੰਗ ਦੇ ਵਿੱਚ ਜੀ ਮਾਸ਼ਾਅੱਲਾ ਬੱਚਾ ਕਿਜੇ ਮਗਰ ਇਹਦੇ ਇਹਦਾ ਖੱਟਾ ਹੋਈ ਦੇ ਹੀ ਮਰਿਆ ਜੋ ਲੋ ਜੀ ਇਹ ਸਟੂਡੈਂਟ ਹੈ ਜੀ ਸਟੂਡੈਂਟ ਠੀਕ ਹੋ ਗਿਆ ਜੀ ਬੱਚਾ ਕੋਈ ਨਹੀਂ ਆ ਵੀ ਆਈਏ ਬੱਚੇ ਤੋਂ ਬਗੈਰ ਤੇ ਚੁਆਈ ਕਰਨੀ ਹੈ ਨਾ ਬੱਚਾ ਜਿਹੜਾ ਨਾ ਨਾਲ ਹੀ ਵਹਾ ਸਾਡੇ ਪਈਆ ਸਨ ਇਹ ਮੂੰਹ ਚੁੱਕੇ ਜੇ ਛਿੱਗੀ ਮੂੰਹ ਪਾ ਝੁੱਟੀ ਲੋ ਜੀ ਮੂੰਹ ਚੋ ਛਿੱਗੀ ਜਿਹੜਾ ਹੈ ਨਾ ਪਈਆ ਸਨ ਕੀ ਦੁੱਧ ਇਸ ਟਾਈਮ ਝੋਟੀ ਖੋਲਿਆ ਹੈ ਦੁੱਧ ਅੱਗੇ ਤੇ ਬੱਚੇ ਨੇ ਲਾਈ ਸਨ ਵਿੱਚੋਂ ਤਸੱਲੀ ਜਿਹੜੀ ਹੈ ਨਾ ਇਹ ਵੀਡੀਓ ਵਿੱਚ ਬਲਾਲ ਕਰਾ ਸਕਦੇ ਪਈਆ ਸਨ ਕੀ ਦੁੱਧ ਇਸ ਟਾਈਮ ਇਹਦੇ ਕੋਲ ਆਏ ਦੁੱਧ ਟਾਈਮ ਦਾ 5% ਝੋਟੀ ਕੋਲ 10 ਦੁੱਧ ਆਏ ਹਾਜ਼ਰ ਜੀ ਹਾਜ਼ਰ ਠੀਕ ਪਰ ਝੋਟੀ ਨੂੰ 10 ਦੁੱਧ ਥੋੜਾ ਇਹਦਾ ਪਰ ਜੀ ਬਿਲਕੁਲ ਬੱਚੇ ਤੇ ਟੁਰ ਗਈ ਹੈ ਨਾ ਮੈਣਾ ਛੇੜਾ ਸੱਟ ਗਈ ਹੈ ਨਾ ਜੀ ਹੁਣ ਬੱਚੇ ਦੇ ਮੈਣਾ ਛੇੜਾ ਸੱਟ ਗਈ ਸੱਟ ਗਈ ਮੈਣਾ ਠੀਕ ਹੋ ਗਿਆ ਜੀ ਸੁਬੇ ਤਰਾਵੇ ਜਿਹੜਾ ਹੈ ਨਾ ਇਹ ਮੁਕੰਮਲ ਲੈ ਲਓ ਜੀ ਦੁੱਧ 10 ਕਿਲੋ ਜਿਹੜਾ ਹੈ ਨਾ ਹਾਜ਼ਰ ਮੌਕਿਆ ਝੋਟੀ ਨੰਬਰ 2 ਔਰ ਸਟੂਡੈਂਟ ਕੋਲੇ ਜਿਹੜਾ ਹੈ ਨਾ ਇਹ ਹਾਜ਼ਰ ਮੌਜੂਦ ਲੈ ਲਓ ਜੀ ਭਈਆ ਸਨ ਜੇ ਤੇ ਹੁੰਦਾ ਬੱਚਾ ਬੱਚਾ ਉਹਨਾਂ ਦੇ ਪਾਸ ਜ਼ਹਿਨ ਸੀ ਝੋਟੀ ਦੇਣੀ 4.5 ਲੱਖ ਦੀ ਠੀਕ ਹੋ ਗਿਆ ਜਨਾਬ ਪਰ ਹੁਣ ਸਾਡੇ ਨਸੀਬਾਂ 'ਚ ਫਰਕ ਸੀ ਚਲੋ ਬੱਚੇ ਵੱਧ ਵੇਚਣੇ ਘੱਟ ਵੇਚ ਲੈਂਦੇ ਹਾਂ ਠੀਕ ਹੋ ਗਿਆ ਜਨਾਬ ਤੇ ਇਹਦਾ ਕੋਈ ਨਹੀਂ ਲੰਮਾ ਮੁੱਲ ਲਾਣਾ ਜੀ ਸਿਰਫ 3,55,000 ਝੋਟੀ ਦੇਣੀ ਯਾਰ ਰਾਜ਼ੀਆਂ ਤੇ ਤੁਸੀਂ ਹੁਣ ਝੋਟੀ ਜਿਸ ਭਰਾ ਖੜਨੀ ਨੇ 5 ਦੀ ਰਕੂਨ ਦੇਣੀ ਵੈਰੀ ਗੁੱਡ ਜਿਹੜੀ ਇਹਦੀ ਨਸਲ ਜਾਂ ਸ਼ਕਲ ਜਾਂ ਜੋ ਇਹਦਾ ਕੰਮ ਹੈ ਠੀਕ ਹੋ ਗਿਆ ਜਨਾਬ ਲੇਕਿਨ ਜਿਸ ਭਰਾ ਨੂੰ ਪਸੰਦ ਆਵੇ 3,55,000 ਰੁਪਏ ਦੇ ਲਓ ਜੀ ਝੋਟੀ ਨੰਬਰ ਜਿਹੜੀ 2 ਹੈ ਨਾ ਇਹ ਦੇ ਸਕਦੀ ਅੱਗੇ ਲਿਆਓ ਨੰਬਰ ਜਿਹੜੀ 3 ਹੈ ਨਾ ਉਹ ਖੋਲ ਕੇ ਜਿਹੜਾ ਨਾ ਬਲਾਲ ਇਹ ਤਕਾਏ 4 ਝੋਟੀਆਂ ਨੇ ਜਨਾਬ
ਅੱਜ ਦੀ ਵੀਡੀਓ ਦੇ ਵਿੱਚ ਫਿਰ ਚਾਰੇ ਜਿਹੜੀਆਂ ਨੇ ਨਾ ਝੋਟੀ ਨੂੰ ਥਣ ਲੱਗੇ ਆ ਤੇ ਪਹਿਲਣ ਫਿਰ ਮਾਸ਼ਾਲਾ ਤੇ ਗੋਲ ਮੈਂ ਪਹਿਲਾਂ ਜਿੰਨੀ ਝੋਟੀ ਹੈ ਨਾ ਜੀ ਪੂਰੀ ਸੁਥਰੀ ਝੋਟੀ ਮਾਸ਼ਾਲਾ ਜੀ ਲੋ ਜੀ ਭਾਈ ਆਸਨ ਕਿੰਨੇ ਕੁ ਡੰਗਾਂ ਦੀ ਝੋਟੀ ਸੋਈ ਹੈ ਇਹ ਭਾਈ ਉਹ ਬੱਚਿਆਂ ਦਾ ਰੱਤਾ ਬਹਾਨੇ ਆ ਮਗਰ ਕੱਟਾ ਰੱਤੇ ਰੱਖ ਲਓ ਜੀ ਮਗਰ ਇਹਦੇ ਬੱਚਾ ਜਿਹੜਾ ਨਾ ਬੱਚਾ ਆਪ ਕਾਲੀ ਹੈ ਜੀ ਬੱਚਾ ਰੱਤਾ ਬੱਚਾ ਜਿਹੜਾ ਨਾ ਉਹ ਜਨਾਬ ਪੂਰੇ ਰੰਗ ਦਾ ਔਰ ਮਗਰ ਇਹਦੇ ਜਨਾਬ ਕੱਟਾ ਬਾਰਾਂ ਤੇਰਾਂ ਸਿਰ ਝੋਟੀ ਕੋਲ ਬੱਚਾ ਵੀ ਦੇਖੋ ਚੰਗਾ ਮਾਜਰਾ ਪਾਇਆ ਸਾਂਭੇ ਆ ਬੱਚਾ ਜੀ ਬਿਲਕੁਲ ਜੀ ਵਹਾ ਦੇ ਬੱਚਾ ਵੀ ਪਹਿਲਾਂ ਝੋਟੀਆਂ ਵਹਾ ਕੇ ਨਾ ਫਿਰ ਬੱਚੇ ਵੀ ਜਿਹੜੇ ਨੇ ਨਾ ਉਹ ਵੀ ਨਾਲੀ ਤਕਾ ਸਕਦੇ ਨੇ ਪਿਛਲੀ ਜੋੜੀ ਦਾ ਜਿਹੜਾ ਨਾ 4 ਕਿਲੋ ਇੱਕ ਟਾਈਮ ਦਾ ਇਹਦੇ ਕੋਲ ਜਨਾਬ ਹਾਜ਼ਰ ਮੌਕਿਆ ਔਰ ਗਾੜੀ ਬੱਚੇ ਨੂੰ ਜਿਹੜਾ ਨਾ ਇਹ ਦੇ ਕੇ ਜਨਾਬ ਇਹਦੇ ਕੋਲ 8 ਕਿਲੋ ਦੋਵਾਂ ਟਾਈਮਾਂ ਦਾ ਪੱਕਾ ਪਿਟਾ ਕੇ ਆਪਣਾ ਉਪਰਾ ਚੋਗ ਤਸੱਲੀ ਕਰੇ ਜੀ ਬਿਲਕੁਲ ਲੇਕਿਨ ਥਣ ਮੋਟਾ ਇੰਜ ਚੋਆ ਮੋਟਾ ਪੋਲਾ ਸੋਹਣਾ ਹੋਵੇ ਮੋਟੀ ਚਵਾਈ ਹੋਵੇ ਮੋਟੀ ਪੋਲੀ ਲੈ ਜੀ ਜੱਟ ਸਾਹਿਬ ਦੀ ਗ੍ਰੇਡ ਕਿੰਨੇ ਦੀ ਝੋਟੀ ਦੇ ਸੈਣੀ ਝੋਟੀ ਦੇ ਭਾ ਇਹ ਵੀ 4 ਦੀ ਹੈ ਠੀਕ ਹੈ ਅੱਜ ਅਸਾਂ ਸਬਕ ਥਲੜਾ ਪੜਿਆ ਤੇ ਥਲੜੇ ਹੀ ਪੜਨੇ ਵੈਰੀ ਗੁੱਡ ਜਨਾਬ ਜਿਸ ਭਰਾ ਦੇ ਪਸੰਦ ਆਵੇ ਝੋਟੀ ਠੀਕ ਹੈ ਇਹ ਦੇਣੀ 3,57,000 ਜਾ ਰਾਜ਼ੀ ਆ ਤੇਰੇ ਤੇ 3,50,000 ਤੇ 7 57,000 ਜੀ ਨਾਗ ਜੀ ਉਤਲਾ ਵੀ ਜਿਹੜਾ 2 ਜੇ ਨਾ ਉਤਲਾ 2 ਨੇ ਫਿਰ ਪੂਰਾ 5-7 ਉਤਲਾ ਲਾਓ ਜਾ ਰਾਜ਼ੀ ਆ ਤੇਰੇ ਤੇ ਜਿਸ ਭਰਾ ਨੂੰ ਪਸੰਦ ਆਵੇ 3.5 ਦੇ 3.5 ਲੱਖ ਦੀ ਝੋਟੀ ਜਾਂ ਛੱਡਣ ਨਹੀਂ ਕਹਿੰਦੇ ਛੱਡ ਹੋਣੀ ਜੀ ਠੀਕ ਹੈ ਲੋ ਜੀ 3,50,000 ਰੁਪਏ ਦੀ ਝੋਟੀ ਜਨਾਬ ਜਿਸ ਭਰਾ ਨੂੰ ਪਸੰਦ ਆਵੇ ਨਾ ਝੋਟੀ ਨੰਬਰ ਜਿਹੜੀ 3 ਹੈ ਇਹ ਦੇ ਸਕਦੇ ਲੋ ਜੀ ਅੱਗੇ ਆ ਕੇ ਜੀ ਝੋਟੀ ਨੰਬਰ ਜਿਹੜੀ 4 ਔਰ ਅੱਜ ਦੇ ਵੀਡੀਓ ਦੀ ਆਖਰੀ ਜਿਹੜਾ ਪਹਿਲਣ ਭਈਆ ਸਨ ਮੂੰਹ ਚੁੱਕੇ ਜੇ ਇਹ ਵੀ ਛਿੱਗੀ ਹੈ ਠੀਕ ਹੋ ਗਿਆ ਲੋ ਜੀ ਇਹ ਵੀ ਮੂੰਹ ਚੋ 6 ਦੰਦ ਜਿਹੜਾ ਨਾ ਛਿੱਗੀ ਝੋਟੀ ਹੈ ਭਈਆ ਸਨ ਮਗਰ ਕੱਟਾ ਸੋ ਕੱਟੀ ਹੈ ਇਹਦੇ ਮਗਰ ਭਾਈ ਕੱਟੀ ਕੱਟੀ ਹੈ ਮਗਰ ਜੇਕਰ ਆਪ ਸੋਹਣੀ ਜੇ ਕੱਟੀ ਵੀ ਭਾਈ ਮੋਟੀ ਸੋਹਣੀ ਹੈ ਮਗਰ ਜੀ ਠੀਕ ਹੋ ਗਿਆ ਲੋ ਜੀ ਮੂੰਹ ਚ ਛਿੱਗੀ ਤੇ ਮਗਰ ਇਹਦੇ ਕੱਟੀ ਜਿਹੜਾ ਨਾ ਕਿੰਨੇ ਕੁ ਡੰਗਾਂ ਦੀ ਸੋਈ ਹੈ ਪਿਛਲੀ ਦੋ ਤਾਂ ਬੱਚੇ ਨੂੰ ਛੱਡਦੀ ਜੀ 3.75-3 ਸਿਰ ਚੋਲੀ ਦਾ ਜੀ ਪਿਛਲੀ ਜੋੜੀ ਜੋੜੀ ਦਾ ਠੀਕ ਹੋ ਗਿਆ ਜੋੜੀ ਬੱਚੇ ਨੂੰ ਛੱਡ ਕੇ 3.75-3 ਕਿਲੋ ਜਿਹੜਾ ਨਾ ਇੱਕ ਟਾਈਮ ਦਾ ਇਹਦੇ ਕੋਲ ਜਨਾਬ ਹਾਜ਼ਰ ਝੋਟੀ ਕੋ ਚੁਆਈ ਵਾਲਾ ਜਿਹੜਾ ਦੁੱਧ ਹੈ ਨਾ ਸੋਹਣਾ ਚੁਆ ਪੋਲਾ ਮੋਟਾ ਹੋਵੇਗਾ ਕਿਸੇ ਥਣ ਕਿਸੇ ਮਜੀ ਧਾਰ ਦਾ ਵਾਧਾ ਘਾਟਾ ਹੋਵੇ ਘਰ ਕੇ ਵੀ ਜ਼ਿੰਮੇਵਾਰੀ ਚਵਾ ਮਜਾ ਨਹੀਂ ਵੈਰੀ ਗੁੱਡ ਜੀ ਥਣ ਮੋਟੇ ਮੋਟੇ ਹੋਣਗੇ ਔਰ ਚੁਆਈ ਸੋਨੇ ਆਰ ਹੋਵੇਗੀ ਸੋਹਣੀ ਪੋਲੀ ਮੋਟੀ ਭਈਆ ਸਨ ਕਿੰਨੇ ਦੀ ਝੋਟੀ ਜਨਾਬ ਨੇ ਦੇ ਸਕਣੀ ਇਹ ਭਾ ਝੋਟੀ ਦੇਣੀ ਹੈ ਫਾਈਨਲ ਜਿਹਾ ਮੁੱਲ 3,40,000 ਬੱਚੇ ਜਿਹੜੇ ਨੇ ਨਾ ਉਹ ਨਾਲ ਹੀ ਜਨਾਬ ਤਕਾ ਸਾੜਨੇ ਲੋ ਜੀ ਅੱਗੇ ਵੱਛੀ ਜਿਹੜੀ ਹੈ ਨਾ ਬਲਾਲ ਬਾਊ ਜਿਹੜਾ ਇਹ ਵੀ ਭਰਾਵਾਂ ਨੂੰ ਤਕਾ ਸਾੜੋ ਨਸਲ ਔਰ ਰੰਗ ਜਿਹੜਾ ਨਾ ਇਹ ਬੱਚੀ ਦਾ ਜਨਾਬ ਚੈੱਕ ਕਰ ਲੈਣਾ ਤੇ ਭਈਆ ਸਿੰਘ ਕੋ ਪੁੱਛ ਲੈਣੇ ਆ
ਕਿ ਕਿਸੇ ਭਰਾ ਨੂੰ ਪਸੰਦ ਆਵੇ ਨਾ, ਇਹ ਜਨਾਬ ਨੇ ਵੱਛੀ ਜਿਹੜੀ ਹੈ ਨਾ ਇਹ ਕਿੰਨੇ ਦੀ ਦੇ ਸਕਣੀ ਹੈ ਤੇ ਗੁੱਲੇ ਵੀ ਕਾਲੇ, ਇਹ ਵੱਛੀ ਦੇ ਜਨਾਬ ਚੈੱਕ ਕਰ ਲੈਣੇ ਨੇ ਮੋਰਨੀ ਜਿਹੜਾ ਨਾ ਪਈਆ ਸਨ ਕਿੰਨੇ ਦੀ ਜਨਾਬ ਨੇ ਵੱਛੀ ਦੇ ਸਕਣੀ ਭਾਈ ਇਹਦੇ ਗੁੱਲੇ ਵੇਖੋ ਪਿਓਰ ਜਰਸੀ ਦੇ ਵਲੈਤੀ ਠੀਕ ਹੈ ਜਨਾਬ ਸਟੂਡੈਂਟ ਓਹਦਾ ਬੱਚਾ ਜਿਹੜਾ ਮਰ ਗਿਆ ਉਹ ਵੀ ਨਾਲ ਵਹਾ ਸਕਦਾ ਲੋ ਜੀ ਚਾਰ।